ਗੁਰਮੇਲ ਸਿੰਘ ਲਿਦੜ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਜਲੰਧਰ। ਹਾਂਜੀ ਸਰ, ਪ੍ਰੈਸ ਕਾਨਫਰੰਸ ਕਰਨ ਦਾ ਕੀ ਮੁੱਦਾ ਸੀ? ਪ੍ਰੈਸ ਕਾਨਫਰੰਸ ਕਰਨ ਦਾ ਮੁੱਦਾ ਇਹ ਸੀ ਵੀ ਕੱਲ੍ਹ ਅਸੀਂ ਆ ਮੋਬਾਈਲ 'ਤੇ ਵੀਡੀਓ ਵਾਇਰਲ ਹੋਈਆਂ ਵਾਰ ਵਾਰ ਦੇਖਦੇ ਹਾਂ। ਵਾਰ ਵਾਰ ਇਹੀ ਕਿਹਾ ਜਾ ਰਿਹਾ ਵੀ ਵਕੀਲਾਂ ਦੇ ਦੋ ਗਰੁੱਪਾਂ ਵਿੱਚ ਝਗੜਾ ਹੋਇਆ। ਉਹ ਅਸੀਂ ਕਲੈਰੀਫਾਈ ਕਰਨੀ ਚਾਹੁੰਦੇ ਹਾਂ ਵੀ ਉਹ ਝਗੜਾ ਵਕੀਲਾਂ ਦਾ ਨਹੀਂ ਗਾ। ਇੱਕ ਪਾਰਟੀ ਸਾਡੀ ਵਕੀਲ ਆ, ਇੱਕ ਪਾਰਟੀ ਨੂੰ ਡਿਸਮੈਂਬਰ ਸਾਡੀ ਵਾਰ ਨੇ 2019 ਦਾ ਕੀਤਾ ਹੋਇਆ। ਉਸ ਤੋਂ ਬਾਅਦ ਉਹਨੂੰ ਬਾਰ ਕੌਂਸਲ ਨੇ ਵੀ 3 ਸਾਲ ਲਈ ਉਹਨਾਂ ਦਾ ਲਾਇਸੈਂਸ ਸਸਪੈਂਡ ਕੀਤਾ ਹੋਇਆ। ਸੋ ਜਿਹੜਾ ਝਗੜਾ ਵੀ ਉਹਨਾਂ ਦਾ ਹੋਇਆ ਉਹਦੇ ਵਿੱਚ ਵੀ ਸਾਡੀ ਬਾਰ ਨਹੀਂ ਇਨਵੋਲਵ, ਨਾ ਕੋਈ ਬਾਰ ਦਾ ਇੰਟਰਸਟ ਆ। ਉਹ ਉਹਨਾਂ ਦੇ ਪ੍ਰਾਈਵੇਟ ਮੁਕੱਦਮੇ ਚੱਲਦੇ ਆ ਦੋਨਾਂ ਪਾਰਟੀਆਂ ਦੇ ਆਪਸ ਕੋਰਟ 'ਚ, ਜਿਹਦੇ ਕਰਕੇ ਉਹ ਕੋਰਟ 'ਚ ਪੇਸ਼ ਹੋਏ ਸੀ। ਸਰ, ਜਿਹੜੇ ਡਿਸਮਿਸ ਕਿਉਂ ਕੀਤਾ ਸੀ ਉਹਨਾਂ ਨੂੰ? ਉਹ ਵੀ ਐਕਟ ਔਰ ਕੰਡਕਟ ਦੇਖ ਕੇ, ਪੁਰਾਣੀ ਐਗਜੈਕਟਿਵ। ਅੱਛਾ ਜੀ, ਉਸ ਤੋਂ ਬਾਅਦ ਕੱਲ੍ਹ ਲੜਾਈ ਕਿੱਥੋਂ ਸ਼ੁਰੂ ਹੋਈ? ਕੱਲ੍ਹ ਲੜਾਈ ਫਸਟ ਫਲੋਰ 'ਤੇ ਇੱਕ ਅਦਾਲਤ ਦੇ ਮੂਹਰੇ ਖੜ੍ਹੇ ਸੀ। ਉਸ ਤੋਂ ਬਾਅਦ ਇਹ ਪਤਾ ਲੱਗਾ ਵੀ ਆਪਸ ਵਿੱਚ ਦੋਨੇ ਤਰ੍ਹਾਂ ਫਸ ਪਈਆਂ। ਇਹ ਨਹੀਂ ਪਤਾ ਪਹਿਲਾਂ ਕੌਣ ਖੜ੍ਹਾ ਸੀ, ਇਹ ਨਹੀਂ ਪਤਾ ਬਾਅਦ 'ਚ ਕੌਣ ਖੜ੍ਹਾ ਸੀ। ਜਦੋਂ ਫਸ ਪਈਆਂ, ਲੜਾਈ ਝਗੜਾ ਹੋਇਆ, ਅਤੇ ਫਿਰ ਉਹ ਨੀਚੇ ਆ ਗਏ। ਨੀਚੇ ਆ ਕੇ ਇੱਕ ਪਾਰਟੀ ਹੋਸਪਿਟਲ ਚਲ ਗਈ, ਦੂਸਰੀ ਪਾਰਟੀ ਵੀ ਉਹਦੇ ਮਗਰ ਚਲ ਗਈ। ਜਦੋਂ ਦੂਸਰੀ ਪਾਰਟੀ ਮਗਰ ਗਈ ਤਾਂ ਹੋਸਪਿਟਲ, ਜਦੋਂ ਅਸੀਂ ਆ ਵੀਡੀਓ ਵਾਇਰਲ ਦੇਖੀ, ਸਾਡੇ ਅਸ਼ੋਕ ਖੰਨਾ ਜੀ ਵਕੀਲ ਸਾਹਿਬ ਵੀ ਹੋਸਪਿਟਲ ਗਏ ਸੀ, ਔਰ ਜਿਹਦੇ ਕਰਕੇ ਅਸੀਂ ਉਹਨੂੰ ਕੰਡੈਮ ਕੀਤਾ ਵੀ ਉਹਦਾ ਮਤਲਬ ਨਹੀਂ ਸੀ, ਕਿਉਂਕਿ ਉਹ ਇਸ ਲੜਾਈ 'ਚ ਮੌਜੂਦ ਹੀ ਨਹੀਂ ਸੀ, ਨਾ ਉਹ ਇਹਦਾ ਇਸ ਲੜਾਈ ਨਾਲ ਕੋਈ ਲੈਣ ਦੇਣ ਸੀ, ਨਾ ਉਹ ਜਿਹੜੀ ਸੈਸ਼ਨ ਕੋਲ ਲੜਾਈ ਹੋਈ ਉੱਥੇ ਹਾਜ਼ਰ ਸੀ। ਇਸ ਕਰਕੇ ਅਸੀਂ ਉਹਨੂੰ ਵੀ ਨਾਲ ਸਸਪੈਂਡ ਕੀਤਾ ਵੀ ਤੂੰ ਹੋਸਪਿਟਲ 'ਤੇ ਰਹਿਣ ਕੋਈ ਜਾਣਦਾ ਸੀ। ਸਰ, ਦੋਨੋਂ ਪਾਰਟੀਆਂ 'ਚੋਂ ਕਿਸੇ ਨੇ ਤੁਹਾਨੂੰ ਕੋਈ ਲਿਖਿਤ ਸ਼ਿਕਾਇਤ ਦਿੱਤੀ ਹੈ? ਨਹੀਂ। ਕੋਈ ਤੁਸੀਂ ਟਾਈਮ ਦਿੱਤਾ ਹੋਵੇ ਉਹਨਾਂ ਨੂੰ? ਹਾਂ, ਹੁਣ ਦਿੱਤਾ ਜੀ, ਅਸੀਂ ਰਿਪਲਾਈ ਮੰਗੇ। ਕਿੰਨੇ ਦਿਨ ਦਾ ਟਾਈਮ ਦਿੱਤਾ? ਸ਼ੁੱਕਰਵਾਰ ਤੱਕ, 9 ਤਰੀਕ। ਸਾਡੇ ਵੱਲੋਂ ਪ੍ਰੈਸ ਕਾਨਫਰੰਸ ਅਸੀਂ ਇਸ ਕਰਕੇ ਕੀਤੀ ਆ ਕਿ ਕੱਲ੍ਹ ਜੋ ਅਸੀਂ ਮੋਬਾਈਲ 'ਤੇ ਵਟਸਐਪ 'ਤੇ ਦੇਖਿਆ ਉਹ ਵਾਰ ਵਾਰ ਇਹੀ ਕਿਹਾ ਗਿਆ ਵੀ ਦੋ ਵਕੀਲਾਂ ਦੇ ਗਰੁੱਪਾਂ ਵਿੱਚ ਆਪਸ ਵਿੱਚ ਝਗੜਾ। ਅਸੀਂ ਉਹਨੂੰ ਕਲੈਰੀਫਾਈ ਕਰਨ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਝਗੜਾ ਦੋ ਵਕੀਲਾਂ ਦਾ ਨਹੀਂ, ਦੋ ਵਕੀਲਾਂ ਦੇ ਗਰੁੱਪਾਂ ਦਾ ਨਹੀਂ, ਇਹ ਝਗੜਾ ਉਹਨਾਂ ਦਾ ਪਰਸਨਲ ਆ। ਇਹਦੇ ਨਾਲ ਸਾਡੇ ਵਕੀਲਾਂ ਦਾ, ਸਾਡੀ ਵਾਰ ਦਾ ਜਾਂ ਸਾਡੇ ਐਗਜੈਕਟਿਵ ਦਾ ਕੋਈ ਲੈਣ ਦੇਣ ਨਹੀਂ, ਕਿਉਂਕਿ ਉਹਨਾਂ ਦੇ ਇੱਕ ਦੂਜੇ ਨਾਲ ਪਰਸਨਲ ਕੇਸ ਚੱਲਦੇ ਆ। ਦੂਜੀ ਗੱਲ ਇਹ ਆ, ਦੋ ਵਕੀਲਾਂ ਦਾ ਝਗੜਾ ਅਸੀਂ ਤਾਂ ਕਹੀਏ ਵੀ ਦੋਨੇ ਪਾਰਟੀਆਂ ਸਾਡੀਆਂ ਮੈਂਬਰ ਹੋਣ। ਇੱਕ ਜਿਹੜੇ ਗਰੁੱਪ ਆ ਕੈਸ਼ ਬ੍ਰਦਰ, ਉਹ ਤਾਂ ਸਾਡੀ ਵਾਰ ਦੇ ਮੈਂਬਰ ਹੀ ਨਹੀਂ, ਇਸ ਕਰਕੇ ਅਸੀਂ ਇਹਨੂੰ ਵਕੀਲਾਂ ਦਾ ਝਗੜਾ ਨਹੀਂ ਕਹਿ ਸਕਦੇ। ਸਰ, ਪਹਿਲੇ ਮੈਂਬਰ ਸੀਗੇ 2019 ਦੇ ਵਿੱਚ ਡਿਸਮੈਂਬਰ ਕੀਤੇ, ਦੂਜੇ ਤਿੰਨੇ ਸਾਡੇ ਮੈਂਬਰ, ਤਿੰਨੇ ਸਾਡੇ ਮੈਂਬਰ। ਸਰ, ਪਹਿਲੀ ਮੰਜ਼ਿਲ 'ਤੇ ਵੀ ਪਹਿਲਾਂ ਲੜਾਈ ਹੋਈ ਸੀਗੀ? ਕਦੋਂ? ਕੋਰਟ ਦੇ ਵਿੱਚ, ਕੱਲ੍ਹ ਦੀ ਗੱਲ ਕਰਦੇ ਹਾਂ। ਕੱਲ੍ਹ ਦੀ ਗੱਲ? ਹਾਂਜੀ ਹਾਂਜੀ, ਉਹਦੇ ਬਾਰੇ ਕੀ ਕਹਿਣਾ? ਮੈਂ ਕਿਹਾ ਜਦੋਂ ਪਹਿਲੀ ਮੰਜ਼ਿਲ 'ਤੇ ਲੜਾਈ ਹੋਈ ਅਸੀਂ ਉੱਥੇ ਹਾਜ਼ਰ ਨਹੀਂ ਸੀ। ਉਸ ਤੋਂ ਬਾਅਦ ਜਿਹੜੇ ਕੈਸ਼ ਬ੍ਰਦਰ ਆ ਇਹ ਸੈਸ਼ਨ ਜੱਜ ਸਾਹਿਬ ਕੋਲ ਪੇਸ਼ ਹੋਏ ਸੀ। ਸੈਸ਼ਨ ਜੱਜ ਸਾਹਿਬ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀ, ਉੱਥੇ ਅਸੀਂ ਇਹਨੂੰ ਦੇਖਿਆ ਵੀ ਇਹਦੇ ਮੂੰਹ 'ਚੋਂ ਨਿਕਲ ਰਿਹਾ ਸੀ ਖੂਨ। ਇਹ ਕੁਝ ਦੱਸਣ ਲੱਗਾ ਸੀ, ਮੈਂ ਇਹਨੂੰ, ਸੈਸ਼ਨ ਜੱਜ ਸਾਹਿਬ ਨੇ ਵੀ ਕਿਹਾ, ਮੈਂ ਵੀ ਇਹ ਗੱਲ ਕਹੀ ਵੀ ਪਹਿਲਾਂ ਆਪਣਾ ਇਲਾਜ ਕਰਾਓ ਫਿਰ ਆਪਣਾ ਪੱਖ ਦੱਸਿਓ, ਫਿਰ ਉੱਥੋਂ ਚਲ ਗਏ ਸੀ। ਸਿਵਲ ਹੋਸਪਿਟਲ ਦੇ ਵਿੱਚ ਕੀ ਇੰਨਾ ਮਾਮਲਾ ਭੱਗ ਗਿਆ ਸੀ? ਸਿਵਲ ਹੋਸਪਿਟਲ ਦੇ ਵਿੱਚ ਜੋ ਆ ਵੀਡੀਓ ਦੇ ਮੁਤਾਬਕ ਅਸੀਂ ਦੇਖਿਆ, ਅਸੀਂ ਸਾਡੇ ਅਸ਼ੋਕ ਖੰਨੇ ਨੂੰ ਗਲਤ ਵੀ ਇਸੇ ਕਰਕੇ ਮੰਨਿਆ ਵੀ ਉਹਦਾ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਸੀ ਬਣਦਾ, ਜੇ ਉਹ ਮਗਰ ਉੱਥੇ ਨਾ ਜਾਂਦਾ ਸ਼ਾਇਦ ਆ ਵੀਡੀਓ ਇੰਨੇ ਵਾਇਰਲ ਨਾ ਹੁੰਦੀ। ਅਸੀਂ ਜਿਹੜੇ ਕੈਸ਼ ਬ੍ਰਦਰ ਆ ਉਹ ਤਾਂ ਪਹਿਲਾਂ ਹੀ ਡਿਸਮੈਂਬਰ ਆ, ਬਾਰ ਕੌਂਸਲ ਨੇ 3 ਸਾਲ ਲਈ ਉਹਨਾਂ ਦਾ ਲਾਇਸੈਂਸ ਸਸਪੈਂਡ ਕੀਤਾ ਹੈ। ਜਿਹੜੇ ਦੂਸਰੇ 3 ਮੈਂਬਰ ਆ ਸਾਡੀ ਵਾਰ ਦੇ ਐਟ ਪ੍ਰੈਜੈਂਟ ਮੈਂਬਰ ਆ, ਸਾਡੀ ਐਗਜੈਕਟਿਵ ਨੇ ਯੂਨਾਨੀਮਸੀ ਡਿਸਾਈਡ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਸਸਪੈਂਡ ਕਰਕੇ ਸ਼ੁੱਕਰਵਾਰ ਤੱਕ ਦਾ, 9 ਤਰੀਕ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਵੀ ਤੁਸੀਂ ਰਿਪਲਾਈ ਦਿਓ। ਜੇ ਉਹ ਰਿਪਲਾਈ ਦੇ ਰਹੀ ਸਾਡੀ ਐਗਜੈਕਟਿਵ ਨੂੰ ਸੈਟਿਸਫਾਈ ਕਰ ਸਕੇ ਉਸ ਹਿਸਾਬ ਨਾਲ ਫੈਸਲਾ ਕਰਾਂਗੇ, ਜੇ ਨਾ ਸੈਟਿਸਫਾਈ ਹੋਏ ਅਸੀਂ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਵਾਂਗੇ। ਜੋ ਬਣਦੀ ਕਰ, ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।